ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਮੈਂ ਬਲਵੀਰ ਸਿੰਘ ਜੜੀਆ, ਪਿੰਡ ਧਰਮਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਕਿਸਾਨ ਵੀਰੋ, ਜਿਹੜੀ ਕਣਕ ਹੈ HD 3386 IAR ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨਿਊ ਦਿੱਲੀ ਪੂਸਾ ਵੱਲੋਂ ਨਵੀਂ ਰਿਲੀਜ਼ ਕਰੀ ਗਈ ਹੈ। ਕਿਸਾਨ ਵੀਰੋ, ਜਿਹੜਾ ਸਾਡਾ ਸੀਡ ਹੈ, ਇਹ ਬਰੀਡਰ ਸੀਡ ਹੈਗਾ ਅਤੇ 1 ਕੁਇੰਟਲ ਸੀਡ ਸਾਨੂੰ ਇਹ IAR ਨੇ ਇਸ ਸਾਲ ਦਿੱਤਾ ਹੈ। ਕਿਸਾਨ ਵੀਰੋ, ਇਹ ਜਿਹੜੀ ਕਣਕ ਹੈ, ਕੁਦਰਤੀ ਆਫਤਾਂ ਦਾ ਮੁਕਾਬਲਾ ਕਰਦੀ ਹੈ। ਕਿਸਾਨ ਵੀਰੋ, ਪਹਿਲਾਂ ਗਰਮੀ ਬਹੁਤ ਜ਼ਿਆਦਾ ਰਹੀ ਹੈ ਅਤੇ ਇਸ ਸਾਲ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਕਣਕਾਂ ਦੀ ਬਿਜਾਈ ਥੋੜ੍ਹੀ ਲੇਟ ਹੋ ਗਈ ਅਤੇ ਹੁਣ ਕਿਸਾਨ ਵੀਰੋ, ਜਿਹੜਾ ਕਣਕ ਦੀ ਬਿਜਾਈ ਦਾ ਢੁੱਕਵਾਂ ਟਾਈਮ ਆ ਗਿਆ ਅਤੇ ਨਵੰਬਰ ਦਾ ਮਹੀਨਾ, ਮੈਂ ਸਮਝਦਾ ਚੌਥੇ ਹਫ਼ਤੇ ਤੱਕ ਨਵੰਬਰ ਦੀ ਜਿਹੜੀ ਕਣਕ ਦੀ ਬਿਜਾਈ ਹੈ ਉਹ ਬਹੁਤ ਬਿਹਤਰ ਰਹੂਗੀ। ਅਤੇ ਕਿਸਾਨ ਵੀਰੋ, ਇਹ ਜਿਹੜੀ ਕਣਕ ਹੈ 3386, ਇਹਦਾ ਦਾਣਾ ਬਹੁਤ ਸ਼ਾਨਦਾਰ ਹੈ ਅਤੇ ਕਿਸਾਨ ਵੀਰੋ, ਅੱਜ ਅਸੀਂ ਇਹਦੀ ਬਿਜਾਈ ਕਰਨ ਲੱਗੇ ਹਾਂ। ਅਤੇ ਕਿਸਾਨ ਵੀਰੋ, ਜਿਹੜਾ ਬੀਜ ਹੈ ਕਣਕ ਦਾ, ਇਹਦਾ ਇਹਨੂੰ ਸੋਧਣਾ ਬੜਾ ਜ਼ਰੂਰੀ ਹੈ। ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਸੀਡ ਤੋਂ ਲੱਗਦੀਆਂ ਨੇ ਕਿਸਾਨ ਵੀਰੋ, ਇਸ ਕਰਕੇ ਸੀਡ ਨੂੰ ਸੋਧਣਾ ਬਹੁਤ ਜ਼ਰੂਰੀ ਹੈ। ਕਿਸਾਨ ਵੀਰੋ, ਅਸੀਂ ਇਹਨੂੰ ਸੋਧ ਕੇ ਬੀਜਾਂਗੇ। ਅਤੇ ਜਿਹੜਾ ਹੁਣ ਟੈਂਪਰੇਚਰ ਆ ਉਹ ਕਾਫੀ ਲੋਅ ਹੋ ਗਿਆ ਕਿਸਾਨ ਵੀਰੋ, ਕਈ ਦਿਨ ਦੀ ਲਗਾਤਾਰ ਧੁੰਦ ਪੈ ਰਹੀ ਹੈ ਅਤੇ ਉਹਦੇ ਕਰਕੇ ਜਿਹੜੇ ਖੇਤ ਨੇ ਉਹ ਬੱਤਰ ਨਹੀਂ ਆ ਰਹੇ ਕਿਸਾਨ ਵੀਰੋ, ਜਿੱਥੇ ਪਾਣੀ ਲੱਗਿਆ। ਅਤੇ ਹੁਣ ਤਕਰੀਬਨ ਕੱਲ੍ਹ ਥੋੜ੍ਹੀ ਧੁੱਪ ਨਿਕਲੀ ਸੀਗੀ ਅਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਜਿਹੜਾ ਥੋੜ੍ਹੀ ਧੁੱਪ ਨਿਕਲੇ ਪੱਛੋਂ ਚੱਲੇ ਤਾਂ ਕਿ ਜਿਹੜੇ ਖੇਤ ਨੇ ਛੇਤੀ ਬੱਤਰ ਹੋ ਜਾਣ ਅਤੇ ਜਿਹੜਾ ਨਵੰਬਰ ਦਾ ਮਹੀਨੇ ਦੇ ਵਿੱਚ ਕਿਸਾਨ ਆਪਣਾ ਹੁਣ ਤੇਜ਼ੀ ਨਾਲ ਜਿਹੜੀ ਕਣਕ ਦੀ ਬਿਜਾਈ ਹੈ ਚੱਲ ਰਹੀ ਹੈ ਕਰ ਦੇਣ। ਪਰ ਉਡੀਕ ਕਰ ਰਹੇ ਨੇ ਕਿਸਾਨ ਵੀਰ ਜਿਹੜੇ ਪਾਣੀ ਲਾ ਲਿਆ ਜਿਨ੍ਹਾਂ ਨੇ ਸਿੰਜੀ ਕਰ ਲਈ ਅਤੇ ਉਹ ਖੇਤ ਨੇ ਜਿਹੜੇ ਬੜਾ ਸਲੋ ਸਹਿਜ ਨਾਲ ਬੱਤਰ ਆ ਰਹੇ ਨੇ ਕਿਸਾਨ ਵੀਰੋ। ਅਤੇ ਮੈਂ ਸਮਝਦਾ ਜਿੰਨੀ ਵੀ ਹਿੰਮਤ ਅਸੀਂ ਕਰਕੇ ਨਵੰਬਰ ਦੇ ਮਹੀਨੇ ਜੇ ਬਿਜਾਈ ਖਤਮ ਕਰ ਲਾਂਗੇ ਕਣਕ ਦੀ ਤਾਂ ਸਾਡਾ ਜਿਹੜਾ ਝਾੜ ਆ ਉਹ ਚੰਗਾ ਆਊਗਾ ਅਤੇ ਪੱਕਣ ਵੇਲੇ ਜਦੋਂ ਟੈਂਪਰੇਚਰ ਹਾਈ ਹੁੰਦਾ ਉਦੋਂ ਜਿਹੜੀ ਕਣਕ ਹੈ ਵੱਜੂਗੀ ਅਤੇ ਸਾਡਾ ਜਿਹੜਾ ਝਾੜ ਆ ਉਹ ਬਿਹਤਰ ਆਊਗਾ।